ਦੁਨੀਆ ਭਰ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ, ਉੱਥੇ ਇਟਲੀ ਦੇ ਸਮੁੰਦਰੀ ਕੰਢੇ ਦੇ ਸ਼ਹਿਰ ਰਿਮਿਨੀ ਵਿੱਚ ਇੱਕ 101 ਸਾਲਾ ਬਾਬੇ ਨੇ ਨਵਲ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਜਾਨਲੇਵਾ ਵਾਇਰਸ ਦੇ ਦੇਸ਼ ਵਿੱਚ ਕੁੱਲ 80,000 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 8,000 ਤੋਂ ਵਧੇਰੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਸਿਨਹੂਆ ਨਿਊਜ਼ ਏਜੰਸੀ ਨੇ ਇਟਲੀ ਦੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਵਾਇਰਸ ਨੂੰ ਮਾਤ ਪਾਉਣ ਵਾਲੇ ਇਸ ਵਿਅਕਤੀ ਦੀ ਪਛਾਣ ਮਿਸਟਰ ਪੀ ਵਜੋਂ ਕੀਤੀ ਗਈ ਹੈ ਤੇ ਉਹਨਾਂ ਨੂੰ ਇਸ ਜਾਨਲੇਵਾ ਵਾਇਰਸ ਨੂੰ ਮਾਤ ਪਾਉਣ ਵਾਲਾ ਸਭ ਤੋਂ ਬਜ਼ੁਰਗ ਵਿਅਕਤੀ ਮੰਨਿਆ ਜਾ ਰਿਹਾ ਹੈ। ਰਿਮਿਨੀ ਦੇ ਡਿਪਟੀ ਮੇਅਰ ਗਲੋਰੀਆ ਲੀਸੀ ਮੁਤਾਬਕ ਮਿਸਟਰ ਪੀ, ਜੋ 1919 ਵਿੱਚ ਪੈਦਾ ਹੋਏ ਸਨ, ਉਹ ਇੱਕ ਹਫ਼ਤਾ ਪਹਿਲਾਂ ਕੋਵਿਡ-19 ਦੇ ਪੋਜ਼ਿਟਿਵ ਟੈਸਟ ਤੋਂ ਬਾਅਦ ਹਸਪੀਟਲ ਇਨਫਰਮੀ ਦੀ ਰਿਮਿਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵੀਰਵਾਰ ਨੂੰ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਲੀਸੀ ਨੇ ਕਿਹਾ ਕਿ ਇਸ ਮਰੀਜ਼ ਦਾ ਠੀਕ ਹੋਣਾ ਹਰ ਕਿਸੇ ਲਈ ਮਿਸਾਲ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।